ਅਫੀਮ ਖਾਂਦੇ ਨੇ ਐਸਜੀਪੀਸੀ ਦੇ ਮੁਲਾਜ਼ਮ, ਜੇ ਨਹੀਂ ਯਕੀਨ ਤਾਂ ਕਰਵਾ ਲਓ ਡੋਪ ਟੈਸਟ। ਅਕਾਲੀ ਦਲ ਛੱਡ ਆਪ 'ਚ ਸ਼ਾਮਲ ਹੋਏ ਤਲਬੀਰ ਗਿੱਲ ਨੇ ਐਸਜੀਪੀਸੀ 'ਤੇ ਵੱਡੇ ਇਲਜ਼ਾਮ ਲਗਾਏ ਨੇ। ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਅੱਜ ਹੀ ਸ਼ਾਮਲ ਹੋਏ, ਮੰਤਰੀ ਦੇ ਵੱਲੋਂ ਉਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮਜੀਠੀਆ 'ਤੇ ਵੀ ਬੋਲੇ ਅਤੇ ਉਸਦੇ ਨਾਲ ਨਾਲ ਐਸਜੀਪੀਸੀ 'ਤੇ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ, ਕਿਉਂਕਿ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਅੰਮ੍ਰਿਤਧਾਰੀ ਹੁੰਦੇ ਨੇ। ਅੰਮ੍ਰਿਤਧਾਰੀ ਸ਼ਖਸ ਕੋਈ ਵੀ ਕਿਸੇ ਵੀ ਤਰੀਕੇ ਦਾ ਨਸ਼ਾ ਨਹੀਂ ਕਰ ਸਕਦਾ ਅਤੇ ਤਲਬੀਰ ਗਿੱਲ ਨੇ ਇਹ ਕਿਹਾ ਹੈ ਕਿ ਐਸਜੀਪੀਸੀ ਦੇ ਕੁਝ ਮੁਲਾਜ਼ਮ ਅਜਿਹੇ ਨੇ ਜਿਹੜੇ ਕਿ ਅਫੀਮ ਖਾਂਦੇ ਨੇ, ਜੀ ਹਾਂ ਅਫੀਮ ਦਾ ਸੇਵਨ ਕਰਦੇ ਨੇ। ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹਨਾਂ 'ਤੇ ਯਕੀਨ ਨਹੀਂ ਹੁੰਦਾ ਤਾਂ 71 ਦੇ ਸਮੇਤ ਕਈ ਮੁਲਾਜ਼ਮਾਂ ਦਾ ਡੋਪ ਟੈਸਟ ਕਰਾ ਲਓ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ ਦੇ ਵਿੱਚ ਮੈਨੇਜਰ ਲਗਾਇਆ ਹੋਇਆ ਹੈ, ਜੋ ਅਕਾਲੀ ਦਲ ਦੇ ਵਿੱਚ ਨੇ। ਸਾਫ਼ ਸਾਫ਼ ਉਹਨਾਂ ਦਾ ਕਹਿਣ ਦਾ ਭਾਅ ਇਹ ਹੈ ਕਿ ਅਕਾਲੀ ਦਲ ਵਾਲੇ ਐਸਜੀਪੀਸੀ ਨੂੰ ਕੰਟਰੋਲ ਕਰ ਰਹੇ ਨੇ। ਐਸਜੀਪੀਸੀ ਅਕਾਲੀ ਦਲ ਦੇ ਕਹਿਣ 'ਤੇ ਚੱਲਦੀ ਹੈ ਅਤੇ ਜਿਹੜੇ ਅਕਾਲੀ ਦਲ ਦੇ ਆਗੂ ਨੇ, ਅਕਾਲੀ ਦਲ ਦੇ ਮੈਂਬਰ ਨੇ, ਉਹ ਐਸਜੀਪੀਸੀ ਦੇ ਵੱਡੇ ਅਹੁਦਿਆਂ 'ਤੇ ਬੈਠੇ ਨੇ ਅਤੇ ਫੀਮ ਛੱਕਦੇ ਨੇ। ਆਓ ਸੁਣਦੇ ਹਾਂ ਤਲਬੀਰ ਗਿੱਲ ਨੂੰ, ਜਿਹੜੇ ਕਿ ਵੱਡੇ ਇਲਜ਼ਾਮ ਲਗਾ ਰਹੇ ਨੇ, ਉਹ ਵੀ ਐਸਜੀਪੀਸੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਹੀ ਗੱਲ ਸਾਹਿਬ, ਮੈਂ ਸ਼੍ਰੋਮਣੀ ਕਮੇਟੀ ਤੋਂ ਜਾਂਚ ਚੜਾਈ ਜੀ, ਮੈਂ ਇੱਧਰ ਆ ਕੇ ਸ਼੍ਰੋਮਣੀ ਕਮੇਟੀ ਤੋਂ ਜਾਂਚ ਚੜਾਈ। ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਤੀ ਜੀ, ਉੱਧਰ ਆ ਕਰਤੀ, ਇੱਧਰ ਉੱਥੇ ਜਿਹੜੇ 71 ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਾਰੀਵਾਲ ਸਾਹਿਬ, ਇਹ ਕਰਾਉਣਾ ਆਪਾਂ ਕੰਮ, ਇਹ ਕੰਮ ਕਰਾਓ। ਜਿਹੜੇ ਮੈਨੇਜਰ ਲੱਗੇ ਆ, ਜਿਹੜੇ 71 ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ। ਕਾਂ ਦੇ ਸਿਰ ਜਿੰਨੀ ਫੀਮ, ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ 71 ਲਾਏ ਯਾਰ ਉੱਥੇ, ਹੈਂ ਤੇ ਕਰਾ ਲਓ ਯਾਰ, ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ, ਕਰਾ ਲਓ। ਕਾਹਦਾ ਇਲਜ਼ਾਮ, ਮੈਂ ਝੂਠ ਬੋਲਣ ਦਿਆਂ? ਮੈਂ ਨਾ ਕਿ 71 ਦਾ ਡੋਪ ਟੈਸਟ ਕਰਾਓ, ਮੈਂ ਬੰਦਿਆਂ ਦੇ ਨਾਂ ਗਿਣਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਤੇ ਇੰਨੇ ਸਾਲਾਂ 'ਚ, ਅਜੇ ਤੁਸੀਂ ਸਮਝਦੇ ਡੈਮੇਜ ਨੀ ਹੋਇਆ ਅਕਾਲੀ ਦਲ 'ਚ? ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁਟਣ ਹੈ, ਕੱਲੀ ਤੁਹਾਨੂੰ ਹੀ ਹੋਈ ਹੈ ਕਿ ਹੋਰ ਵੀ ਲੋਕ? ਅਜੇ ਵੀ ਬੜਿਆਂ ਨੂੰ ਆ, ਬੜਿਆਂ ਨੂੰ ਆ। ਹੁਣ ਅੱਜ ਮੇਰੇ ਆਉਣਗੇ ਜੀ, ਲੋਕ ਕਿਉਂ ਨੀ ਆਉਣਗੇ? ਲੈ ਲੋਕ ਵੇਖਿਓ, ਇੱਥੇ ਲਾਈਨਾਂ ਲੱਗ ਜਾਣੀਆਂ। ਹੁਣ ਭਾਜੀ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਸ਼੍ਰੋਮਣੀ ਕਮੇਟੀ ਤੋਂ ਜਾਂਚ ਚੜਾਈ ਜੀ, ਮੈਂ ਇੱਧਰ ਆ ਕੇ ਸ਼੍ਰੋਮਣੀ ਕਮੇਟੀ ਤੋਂ ਜਾਂਚ ਚੜਾਈ। ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਤੀ ਜੀ, ਉੱਧਰ ਆ ਕਰਤੀ, ਇੱਧਰ ਉੱਥੇ ਜਿਹੜੇ 71 ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਾਰੀਵਾਲ ਸਾਹਿਬ, ਇਹ ਕਰਾਉਣਾ ਆਪਾਂ ਕੰਮ, ਇਹ ਕੰਮ ਕਰਾਓ। ਜਿਹੜੇ ਮੈਨੇਜਰ ਲੱਗੇ ਆ, ਜਿਹੜੇ 71 ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ। ਕਾਂ ਦੇ ਸਿਰ ਜਿੰਨੀ ਫੀਮ, ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ 71 ਲਾਏ ਯਾਰ ਉੱਥੇ, ਹੈਂ ਤੇ ਕਰਾ ਲਓ ਯਾਰ, ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ, ਕਰਾ ਲਓ। ਕਾਹਦਾ ਇਲਜ਼ਾਮ, ਮੈਂ ਝੂਠ ਬੋਲਣ ਦਿਆਂ? ਮੈਂ ਨਾ ਕਿ 71 ਦਾ ਡੋਪ ਟੈਸਟ ਕਰਾਓ।